ਜਦੋਂ ਬਾਕੀ ਤੁਹਾਨੂੰ ਮੈਂ ਅੱਗੇ ਚੱਲ ਕੇ ਨਿਵਾਸਾਂ ਬਾਰੇ ਵੀ ਦੱਸ ਦਿੰਦਾ ਜੇਕਰ ਤੁਹਾਨੂੰ ਵੀ ਇੱਥੇ ਕਮਰਾ ਨਹੀਂ ਮਿਲਦਾ ਕਈ ਵਾਰ ਤਾਂ ਤੁਸੀਂ ਕਿੱਥੇ ਜਾ ਕੇ ਕਮਰਾ ਲੈ ਸਕਦੇ ਹੋ 100% ਗਰੰਟੀ ਹੈ ਸਾਡੀ ਚਾਹੇ ਤੁਸੀਂ ਹੋਲੇ ਮੁਹੱਲੇ ਦੇ ਦਿਨਾਂ ਦੇ ਵਿੱਚ ਵੀ ਆਵੋਗੇ ਤਾਂ ਉੱਥੇ ਜੇਕਰ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਕਮਰਾ ਮਿਲ ਜੂਗਾ ਦਰਸ਼ਨ ਕਰ ਰਹੇ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਗੁਰੂ ਇਸੇ ਸਥਾਨ 'ਤੇ ਹੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬਜ਼ਾਦਿਆਂ ਨੂੰ ਸਿਖਲਾਈ ਦਿਆ ਕਰਦੇ ਸਨ ਅਤੇ ਨਾਲ ਸਤਿ ਸ੍ਰੀ ਅਕਾਲ ਜੀ ਸਵਾਗਤ ਕਰ ਰਿਹਾ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਅਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ 'ਤੇ ਆਪਾਂ ਚੱਲਦੇ ਹੋਏ ਅਤੇ ਹੁਣ ਅਸੀਂ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੱਕ ਸ੍ਰੀ ਅਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਜਿਹੜਾ ਚੱਲ ਰਿਹਾ ਸੀ ਉਹਨੂੰ ਥੋੜ੍ਹੇ ਸਮੇਂ ਲਈ ਵਿਸ਼ਰਾਮ ਦਿੰਦੇ ਹੋਏ ਪੌਜ਼ ਕਰਦੇ ਹੋਏ ਅਨੰਦਪੁਰ ਸਾਹਿਬ ਪਹੁੰਚੇ ਹਾਂ ਕਿਉਂਕਿ ਥੋੜ੍ਹੀ ਗਰਮੀ ਹੋਣ ਕਾਰਨ ਥੋੜ੍ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇੱਕ ਦੋ ਦਿੱਕਤ ਆ ਰਹੀਆਂ ਸੀ ਇੱਕ ਆਪਣੇ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਮੋਬਾਈਲ ਕੈਮਰਾ ਉਹ ਗਰਮ ਹੋ ਜਾਂਦੀ ਸੀ ਹੀਟ ਹੋਣ ਕਰਕੇ ਥੋੜ੍ਹੀ ਵੀਡੀਓ ਬਣਾਉਣ ਦੇ ਵਿੱਚ ਬੜੀ ਪ੍ਰੋਬਲਮ ਆ ਰਹੀ ਸੀ ਸੋ ਇਹਦੇ ਕਰਕੇ ਮਾਫੀ ਚਾਹੁੰਦੇ ਕੁਛ ਕੁ ਦਿਨਾਂ ਵਾਸਤੇ ਅਸੀਂ ਉਹਨੂੰ ਵਿਸ਼ਰਾਮ ਦਿੰਦੇ ਹੋਏ ਪੌਜ਼ ਕਰਦੇ ਹੋਏ ਹੁਣ ਅਸੀਂ ਧਰਤ ਅਨੰਦਪੁਰ ਦੀ ਅਤੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਿੰਨੇ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਦੇ ਅਸਥਾਨ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੰਬੰਧਿਤ ਅਸਥਾਨ ਨੇ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਜੀ ਅੱਜ ਅਸੀਂ ਅਨੰਦਪੁਰ ਸਾਹਿਬ ਪਹੁੰਚ ਗਏ ਸੀ ਅਤੇ ਗੁਰੂ ਤੇਗ ਬਹਾਦਰ ਜੀ ਨਿਵਾਸ ਦੇ ਵਿੱਚ ਅਸੀਂ ਇੱਥੇ ਲਿਆ ਕਮਰਾ ਅਤੇ ਵਧੀਆ ਜਗ੍ਹਾ ਗੀ ਰਹਿਣ ਲਈ ਅਤੇ ਜੇਕਰ ਤੁਸੀਂ ਆ ਰਹੇ ਹੋ ਤਾਂ ਸਮੇਂ ਨਾਲ ਇੱਥੇ ਆ ਕੇ ਕਮਰਾ ਲਓ ਮਿਲ ਜਾਂਦਾ ਕਿਉਂਕਿ ਪਿਛਲੀ ਵਾਰ ਅਸੀਂ ਥੋੜ੍ਹਾ ਲੇਟ ਹੋ ਗਏ ਸੀ ਅਸੀਂ ਤਕਰੀਬਨ 6-7 ਵਜੇ ਪਹੁੰਚੇ ਸੀ ਇੱਥੇ ਕਿਉਂਕਿ ਯਾਤਰੀ ਆਉਂਦੇ ਨੇ ਸ਼ਰਧਾਲੂ ਆਉਂਦੇ ਨੇ ਅਤੇ ਸੰਗਤ ਦੇ ਆਉਣ ਨਾਲ ਪਹਿਲਾਂ ਹੀ ਕਮਰੇ ਬੁੱਕ ਹੋ ਜਾਂਦੇ ਹਨ ਅਤੇ ਫਿਰ ਇਹਨਾਂ ਨੂੰ ਮੈਨੇਜਮੈਂਟ ਨੂੰ ਵੀ ਕਮਰਾ ਦੇਣਾ ਮੁਸ਼ਕਿਲ ਕਿਉਂਕਿ ਜੇਕਰ ਕੋਈ ਖਾਲੀ ਨਹੀਂ ਤਾਂ ਓਬਵੀਅਸ ਆਪਾਂ ਨੂੰ ਕਮਰਾ ਮਿਲੂਗਾ ਨਹੀਂ ਅਤੇ ਹਜੇ ਮੈਂ ਤੁਹਾਨੂੰ ਬੈਕ ਕੈਮਰੇ ਨਾਲ ਇੱਕ ਵਾਰੀ ਵਿਊ ਦਿਖਾ ਦਾਂ ਸਾਡੇ ਕਮਰੇ ਦੇ ਸਾਹਮਣੇ ਅੰਬ ਦਾ ਬੂਟਾ ਜੀ ਫਲ ਨਾਲ ਭਰਿਆ ਹੋਇਆ ਸੋਹਣਾ ਫਲ ਲੱਗਿਆ ਹੋਇਆ ਕਿਉਂਕਿ ਪਾਣੀ ਬਹੁਤ ਉੱਚੇ ਹੈਗੇ ਪਾਣੀ ਵਧੀਆ ਨੇ ਇੱਧਰ ਜੇਕਰ ਆਪਾਂ ਗੱਲ ਕਰੀਏ ਬਠਿੰਡਾ ਜਾਂ ਬਸਨ ਸੰਗਰੂਰ ਬਰਨਾਲਾ ਉੱਧਰ ਨਾਲੋਂ ਮਾਨਸਾ ਨਾਲੋਂ ਪਾਣੀ ਬਹੁਤ ਜ਼ਿਆਦਾ ਉੱਚਾ ਕਿਉਂਕਿ ਨਹਿਰੀ ਏਰੀਆ ਥੋੜ੍ਹਾ ਠੰਡਾ ਏਰੀਆ ਹੈਗਾ ਬਹੁਤ ਵਧੀਆ ਠੰਡਾ ਉੱਧਰੋਂ ਇੱਕ ਵਾਰ ਇੱਥੇ ਆ ਕਿਤਾ ਚੰਗਾ ਲੱਗਿਆ ਕਿ ਠੰਡ ਦੇ ਵਿੱਚ ਆਇਆ ਥੋੜ੍ਹਾ ਜਿਹਾ ਸਕੂਨ ਮਿਲਿਆ ਸਰੀਰ ਨੂੰ ਅਤੇ ਇਹ ਨਿਵਾਸ ਹੈ ਜੀ ਗੁਰੂ ਤੇਗ ਬਹਾਦਰ ਜੀ ਨਿਵਾਸ ਅਤੇ ਜਿੱਥੇ ਆਪਾਂ ਕਮਰਾ ਲਿਆ 200 ਰੁਪਏ ਸਿਕਿਉਰਿਟੀ ਜਮ੍ਹਾਂ ਕਰਾਈ ਆ 100 ਰੁਪਏ ਇੱਕ ਰਾਤ ਦਾ ਜਿਹੜਾ ਚਾਰਜ ਕਰਦੇ ਆ ਠੀਕ ਆ ਬਹੁਤ ਵਧੀਆ ਸਹੂਲਤ ਆ ਵਾਸ਼ਰੂਮ ਵੀ ਕਮਰੇ ਦੇ ਅੰਦਰ ਹੀ ਆ ਨੀਚੇ ਜਿਹੜੇ ਹੈਗੇ ਹੈਗੇ ਉਹਨਾਂ ਦੇ ਵਿੱਚ ਕਈਆਂ 'ਚ ਬੈੱਡ ਲੱਗੇ ਹੋਏ ਆ ਕਿਉਂਕਿ ਦੇਖ ਕੇ ਦਿੰਦੇ ਆ ਜੇਕਰ ਕੋਈ ਨੌਜਵਾਨ ਨੇ ਤਾਂ ਉਹਨਾਂ ਨੂੰ ਜਿਵੇਂ ਸਾਨੂੰ ਹੁਣ 3ਜੇ ਫਲੋਰ 'ਤੇ ਮਿਲਿਆ ਕਿਉਂਕਿ ਆਪਾਂ ਨੂੰ ਪੌੜੀਆਂ ਚੜ੍ਹਨ ਦੇ ਵਿੱਚ ਕੋਈ ਦਿੱਕਤ ਨਹੀਂ ਆ ਸੋ ਉਮਰ ਦੇ ਹਿਸਾਬ ਨਾਲ ਬਜ਼ੁਰਗਾਂ ਨੂੰ ਥੱਲੇ ਰਿਹਾਇਸ਼ ਦਿੱਤੀ ਜਾਂਦੀ ਆ ਚੰਗੀ ਗੱਲ ਹੈਗੀ ਅਤੇ ਇਸ ਸੀਰੀਜ਼ ਦੇ ਵਿੱਚ ਤੁਸੀਂ ਅਨੰਦਪੁਰ ਸਾਹਿਬ ਦੇ ਵਿੱਚ ਜਾਂ ਫਿਰ ਆਸੇ ਪਾਸੇ ਜਿੰਨੇ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਅਸਥਾਨ ਨੇ ਉਹਨਾਂ ਦੇ ਦਰਸ਼ਨ ਕਰਾਂਗੇ ਅਤੇ ਫਿਲਹਾਲ ਆਪਾਂ ਹੁਣ ਚੱਲਾਂਗੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਖਾਲਸੇ ਦੀ ਜਨਮ ਭੂਮੀ ਉੱਥੇ ਮੱਥਾ ਟੇਕਦੇ ਹੋਏ ਅੰਦਰ ਵੀਡੀਓਗ੍ਰਾਫੀ ਤਾਂ ਉੱਥੇ ਅਲਾਓ ਨਹੀਂ ਆ ਆਪਾਂ ਕਰਾਂਗੇ ਨਹੀਂ ਅਤੇ ਬਟ ਬਾਹਰੋਂ ਵਿਊ ਤੁਹਾਨੂੰ ਜ਼ਰੂਰ ਦਿਖਾਵਾਂਗੇ ਆਪਾਂ ਦਰਸ਼ਨ ਕਰਵਾਵਾਂਗੇ ਦਰਸ਼ਨ ਮਿਲਾ ਕੇ ਜ਼ਰੂਰ ਕਰਵਾਵਾਂਗੇ ਤੁਹਾਨੂੰ 5 ਗੁਰੂ ਗੋਬਿੰਦ ਸਿੰਘ ਜੀ ਦੇ ਇੱਥੇ ਜੋ ਕਿਲੇ ਨੇ ਉਹਨਾਂ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਅਤੇ ਨਾਲ ਹੋਰ ਜਿਹੜੇ ਗੁਰੂ ਘਰ ਹੋਣਗੇ ਉਹਨਾਂ ਦੇ ਤੁਸੀਂ ਇਸ ਸੀਰੀਜ਼ ਧਰਤ ਅਨੰਦਪੁਰ ਦੇ ਵਿੱਚ ਦਰਸ਼ਨ ਕਰਦੇ ਰਹੋਗੇ ਸੋ ਇਹ ਇੱਧਰ ਆਪਣਾ ਕਮਰਾ ਨਾਲ ਮੇਰੇ ਆ ਹਰਸਿਮਰਨ ਅਤੇ ਹੁਣ ਅਸੀਂ ਤਿਆਰ ਹੋ ਗਏ ਲੰਗਰ ਪ੍ਰਸ਼ਾਦਾ ਛੱਕ ਕੇ ਆਪਾਂ ਚੱਲਾਂਗੇ ਗੱਦੇ ਦਿੱਤੇ ਹੋਏ ਨੇ ਵਧੀਆ ਪ੍ਰਬੰਧ ਆ ਸੋ ਆਜੋ ਹੁਣ ਆਪਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਤੋਂ ਬਾਅਦ ਅੱਗੇ ਪੀਰ ਬਣਗੀ ਬਾਕੀ ਜਿੱਦਾਂ ਚੱਲੀਏ ਅਤੇ ਕਮਰਾ ਰਾਤ ਇੱਕ ਦਿਨ ਵਾਸਤੇ ਲਿਆ ਸੀ ਆਪਾਂ ਇੱਥੇ ਰਹਿਣਾ 2 ਦਿਨ ਹੁਣ ਆਪਾਂ ਇੱਥੇ ਥੱਲੇ ਚੱਲ ਕੇ ਪੁੱਛਦੇ ਹਾਂ ਵੀ ਜੇ 2 ਦਿਨ ਆਪਾਂ ਰਹਿ ਸਕੀਏ ਤਾਂ ਕੀ ਉਹਦਾ ਪ੍ਰੋਸੀਜਰ ਹੈ ਕਿਉਂਕਿ 200 ਰੁਪਏ ਸਿਕਿਉਰਿਟੀ ਦਿੱਤੀ ਸੀ ਜੇ ਉਹਦੇ ਵਿੱਚ ਹੀ ਐਡਜਸਟ ਕਰ ਦਿੰਦੇ ਤਾਂ ਵਧੀਆ ਗੱਲ ਨਹੀਂ ਫਿਰ ਆਪਾਂ ਨੂੰ ਦੁਬਾਰੇ ਬੁਕਿੰਗ ਕਰਾਉਣੀ ਪੈਣੀ ਆ ਚਲੋ ਅੱਜ ਕਰੀਏ ਗੱਲਬਾਤ ਇਹ ਸਰਾਂ ਦਾ ਜਿਹੜਾ ਆਪਣਾ ਮੇਨ ਗੇਟ ਆ ਗਿਆ ਜੀ ਗੁਰੂ ਤੇਗ ਬਹਾਦਰ ਸਾਹਿਬ ਨਿਵਾਸ ਅਤੇ ਸਾਹਮਣੇ ਬਿਲਕੁਲ ਲੰਗਰ ਹਾਲ ਆ ਅਤੇ ਉੱਧਰ ਬਿਲਕੁਲ ਸਾਹਮਣੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਾਈਡ ਤੋਂ ਪੌੜੀਆਂ ਚੱਲਦੀਆਂ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿੱਧਰ ਦੀ ਰਸਤਾ ਹੈਗਾ ਅਤੇ ਦੇਖਦੇ ਰਹੋ ਬਾਕੀ ਤੁਹਾਨੂੰ ਮੈਂ ਅੱਗੇ ਚੱਲ ਕੇ ਨਿਵਾਸਾਂ ਬਾਰੇ ਵੀ ਦੱਸ ਦਿੰਦਾ ਜੇਕਰ ਤੁਹਾਨੂੰ ਵੀ ਇੱਥੇ ਕਮਰਾ ਨਹੀਂ ਮਿਲਦਾ ਕਈ ਵਾਰ ਤਾਂ ਤੁਸੀਂ ਕਿੱਥੇ ਜਾ ਕੇ ਕਮਰਾ ਲੈ ਸਕਦੇ ਹੋ 100% ਗਰੰਟੀ ਹੈ ਸਾਡੀ ਚਾਹੇ ਤੁਸੀਂ ਹੋਲੇ ਮੁਹੱਲੇ ਦੇ ਦਿਨਾਂ ਦੇ ਵਿੱਚ ਵੀ ਆਵੋਗੇ ਤਾਂ ਉੱਥੇ ਜੇਕਰ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਕਮਰਾ ਮਿਲ ਜੂਗਾ ਹਨੇਰਾ ਹੈਗਾ ਕਿਉਂਕਿ ਪੌੜੀਆਂ ਉਤਰਿਆ ਚਲੋ ਆ ਜਾਓ ਆਪਾਂ ਥੱਲੇ ਚੱਲ ਕੇ ਚਰਨੇ ਜੇ ਚੱਲ ਕੇ ਕਰਦੇ ਹਾਂ ਗੱਲ ਸਰਾਂ ਦਾ ਆਫਿਸ ਆ ਗਿਆ ਅਤੇ ਅੱਛਾ ਅੰਦਰ ਹੀ ਨੇ ਚਲੋ ਆਪਾਂ ਹੁਣ ਇਹਨੂੰ ਪੁੱਛਦੇ ਹਾਂ ਅਤੇ ਇੱਥੋਂ ਤੁਸੀਂ ਕਮਰੇ ਦੀ ਬੁਕਿੰਗ ਕਰਾ ਸਕਦੇ ਹੋ ਮੈਂ ਪੁੱਛ ਕੇ ਦੇਖਦਾ 12 ਤੋਂ 12 ਵਜੇ ਤੱਕ ਦਾ ਹੁੰਦਾ ਉਹਦਾ ਕਮਰਾ 200 ਸਕਿਉਰਿਟੀ ਅਤੇ 100 ਰੁਪਇਆ ਕਮਰੇ ਦਾ ਕਿਰਾਇਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਲਿਖਿਆ ਵੀ ਹੋਇਆ ਇੱਥੇ ਕੰਨ 'ਤੇ ਚਲੋ ਮੈਂ ਪੁੱਛ ਲਵਾਂ ਬਾਈ ਨੂੰ ਆ ਖੜਾ ਜੀ ਆਪਣਾ ਮੋਟਰਸਾਈਕਲ ਮੋਟਰਸਾਈਕਲ ਆਪਾਂ ਬਾਹਰੇ ਲਾਤਾ ਸੀ ਇਹਦੇ 'ਤੇ ਆਏ ਹੋਏ ਹਾਂ ਅਤੇ ਇਹ ਸਾਹਮਣੇ ਲੰਗਰ ਹਾਲ ਅਤੇ
इधर सामने बिल्कुल अपना रिहा निवास हरसिमरन भी शॉट लै रहा है सिख ट्रैवलर चैनल यूट्यूब से गुरु तेग बहादुर साहब निवास ये आप रुके सी ते जेकर एक पौड़ियां चढ़ के सामने स्थान बनया जिमें आप अमृतसर साहब तुम देखी होने सारागढ़ी सर उदा ही सराहमणी हुई है। एसी है कि जेकर उत्थे रहना उत्थे मेरे ख्याल चार्ज कर दिया 500 खौरे 1000 मैंने इन्हें नहीं पता पर इन्ना की है कुछ चार्ज ऑनलाइन वो बुकिंग का मैंने पता नहीं इतने बट हरिमंदर साहब तो ऑनलाइन बुकिंग हो जाती पर जेकर इस स्थाना तो इतने भी 2-3 सराहां ने तो इतने जेकर तीन एक सामने इधर पौड़ियों चढ़ के नॉर्मल सर वो भी वधिया घर वांगू बनी हुई है जिवें अपना नॉर्मल किसी का वड्डा घर हुंदा तो जेकर इधर नहीं मिलता जिवें होले महल्ले जां फिर तुसीं उन्हां दिनां दे विच किसी गुरपुरब ते आउंदे तो इतने कमरा जेकर तुसीं लेट हो जाने होंगे मिलना थोड़ा मुश्किल हो जाता तो तुसीं इस एक चीज़ कर सकते हो इधरों बाहर जाओगे जो तुसीं बिल्कुल बाहर चले जाओगे ना तो उत्थों तुसीं खब्बे हाथ लै के पहली सड़क मुड़ूगी सज्जे नूं किला लोहगढ़ साहब का बोर्ड लग्या है किला लोहगढ़ साहब जाके उत्थे तुसी किला लोहगढ़ साहब के सामने बिल्कुल सराहमणी हुई है बहुत वड्डी सराहगी तो उत्थे जाके तुसी लै सकते हो क्योंकि जो पिछली बार असी आए सी तां सानू भी इत्थे कमरा नहीं सी मिलिया तो पिछली फिर असी उत्थे गए सी उत्थे वो सराह बिल्कुल खाली पई सी 9:30 तक वह देंदे चाबियां तुसी किला लोहगढ़ साहब के बिल्कुल सामने आ वो भाई बचत्तर सिंह जी ने मस्त हाथी का मुकाबला किया गुरु साहब जी ने हथियारों की फैक्टरी लगाई हुई सी जरूर जावे क्योंकि वह भी 5 किलों के बचों किले ने वो पुत्तों को दर्शन दीदारे करवावे तो फिलहाल हुण आपां पौड़ियां चढ़ रहे हैं लंगर हाल तो बिल्कुल सामने ये जाने तख्त श्री केसगढ़ साहब ये पौड़ियों के बिल्कुल सामने भी एक सरांगी तो बट वो छोटी है वो तो ज़्यादातर फुल रही है क्योंकि तख्त साहब दरबार साहब के गुरद्वारा साहब के बिल्कुल कोल आ बहुत घट चांस होंगे कमरा मिलने तो इधर मिल जाता जेकर तुम टाइम ना लेने पर कमरा 2-3 बजे तो पहला ला लो ईजीली मिल जाता फिर तो बाद फिर लाइन लगन लग जाती है 6-7 बजे तक तो बहुत घट चांस है तुम्हें कमरा मिलने इतने 12 एतवार सोमवार मंगलवार शायद मिल जाता होगी असं कदम सोमवार मंगलवार आए नहीं आने आप 12 एतवार से हाँ छुट्टी होंगी अपनी कम तो सो देखते रहो वीडियो चलो आप मत्था टेक लीए तख्त श्री केसगढ़ साहब जन्म भूमि खालसे जी ये सराह जी मैं तुरंत गल कर रहा है कि ए सी है जिम्मे सरागढ़ी सराह बनी हुई है तो ये आको सराह सामने आज तो बहुत घट चांस होंगे है कमरे के तो इधर हाल आ दशमेश हाल जेकर तुहानू कमरा नहीं मिलता तो तुसी इत्थे सौ सकते हो आराम कर सकते हो चलो ये आ जाता तख्त श्री केसगढ़ साहब नूं आपां हुण दरबार साहब च टिके जी मत्था बूटा बहुत सोहना पहुँच चुके हैं जी बिल्कुल एंट्रेंस ते उधर ड्योढ़ी साहब तख्त श्री केसगढ़ साहब तो इधर है जी प्रसाद तुसी इधरों लै सकते हो तो उधर गुरमुत लिटरेचर एक किताब असी पहला पता कर रहे थे भाई धन्ना सिंह जी की तो वह पहला मिली नहीं सी हुण असी इत्थे ते सामने लाइब्रेरी आ उधर भी पता करांगे जेकर पॉसीबल होया जेकर सानू मिलदी है किताब तो जरूर लवांगे क्योंकि किताब तो बिना कई बार जानकारी अधूरी रह जाती है तो हवाला देना भी थोड़ा सौखा हो जाता गा जेकर कदे कोई इशू आउंदा इधर भी है रस्ता का पौड़ियों उतर के जा सकते हो इधरों तो इधर सामने बिल्कुल इतिहास का जोड़ा बोर्ड लग्या हुआ इतिहास का बोर्ड तुम स्क्रीनशॉट लेके पढ़ सकते हो या फिर वीडियो पॉज कर लो रोक दूंगा थोड़ा जा शास्त्र पे शास्त्रों से भी देखा लेकिन अंदर क्योंकि वीडियोग्राफी मनाही है नहीं कर सकते सो वीडियो के तो दर्शन नहीं करवा पर जब जेकर तुम आने तो इन्ह शास्त्रों के इतने दर्शन जरूर करो जी इतिहास पढ़ सकते जोड़े होर स्थान की मैं तुम दस रहा है इन्होंने सारे स्थानों के तहत असी दर्शन करवावे जी गुरद्वारा शीशगंज साहब गुरद्वारा गुरु का लाहौर गुरद्वारा श्री भगौर साहब नंगल कीरतपुर साहब जिते गुरद्वारा चरण कमल साहब और शीश महल गुरद्वारा इन सारे स्थानों के 5 किलों के तहत दर्शन करवावे इधर इंग्लिश के लिखा हैगा हिस्ट्री जेकर कोई पढ़ना चाहे तो इंग्लिश के पढ़ सकते जी
साधना की उन्होंने नाम फोन बंद रखने की अपील दर्शन कर तख्त श्री केसगढ़ साहब। इस बात अगर फोन बंद रखा बारहों तुम्हें शॉट लगे जरूर दिखाया जाऊगा। उधरों चानण पै रहा है बारे आप आ चुके मत्था टेक के दर्शन कर रहे जी तख्त श्री केसगढ़ साहब के गुरु ग्रंथ साहब जी ने आप मत्था टेकन तो बाद नतमस्तक होने तो बाद शास्त्रा के दर्शन किए ने अंदर वीडियोग्राफी अलाउ नहीं सी बट आप मत्था टेकिया ता ही अंदर वीडियो कोई शॉट अप शॉट अपर नहीं पाया वीडियो नहीं की है तो बारहों तुम हम दर्शन कर रहे हो जी धन हो रहे हो दर्शन करके तख्त श्री केसगढ़ साहिब जी के शब्द उच्चारण चल रहा है गर्मी धुप करके टेंपरेचर तो बढ़ चलिया। चलो हूँ आप पावे चलो आज हूँ आप दर्शन दीदारे करते हैं जी गुरद्वारा साहिब मंजी साहिब दुमालगढ़ साहिब। हम पहला दर्शन किया जी तुसी तख्त श्री केसगढ़ साहिब। तख्त श्री केसगढ़ साहिब के बिल्कुल नाल ही गुरद्वारा साहिब स्थित है। किस डायरेक्शन के किस दिशा के चलो अब आप अगर चलती वीडियो दस दें तो नाल की है इतिहास गुरु घर का जाना कि आप चलती वीडियो सो देखते रहो वीडियो चैनल सबसक्राइब करना ना भूलो। तख्त श्री केसगढ़ साहब मत्था टेक तो बाद हुण आपां चलदे हां जी गुरद्वारा मंजी साहिब दुमालगढ़ साहब बिल्कुल सामने आ जाओ। मैं तुहानूं बैक कैमरे नाल दिखा देना गा स्थान किधर तुसीं जा सकते हो। आपां उत्थे मत्था टेकदे हां एग्जिट आ जांदा जो आपां दरबार साहब तों मत्था टेक के आउंदे ते भाई नंद लाल जी लाइब्रेरी दे उपर बिल्कुल गुरद्वारा साहब स्थित इधर साइड ते पौड़ियां जांदियां ने सामने बोर्ड तुसीं देख रहे होंगे जी गुरद्वारा मंजी साहिब दुमालगढ़ साहब। अज आपां चलीए टेकिए मत्था बिल्कुल सामने बहुत ही अद्भुत बहुत ही सोहना व्यू तख्त श्री केसगढ़ साहिब जा जी तो इधर है जी गुरद्वारा दुमालगढ़ साहिब दरबार साहब टेकेंगे आप मत्था। इस स्थान पर ही धन साहब श्री गुरु गोबिंद सिंह जी साहबजादे सिखलाई दिया करते सन ते नाल नाल इत्थे कुश्तियां ते होर कई तरह के मुकाबले भी कराए जाते सन। इतिहासकारां द्वारा कहा जाता है कि जब बिलासपुर के राजे अजमेर चंद ने हमला किया सी तां गुरु साहब इत्थे ही एक दरख्त हेठ विराजमान सन। एक सिख फौजी ने निशानची भाई मान सिंह जी की अगवाई में पहाड़ी फौज का डट के मुकाबला कर दिता। जंग के दौरान भाई मान सिंह जी जख्मी हो गए तो जिहड़ा खालसे का झंडा सी टुट गया। सिपाही ने आ के गुरु गोबिंद साहिब जी नूं जानकारी दित्ती। गुरु जी ने अपनी केसकी विचों एक कपड़े का टुकड़ा पाड़ के दस्तार दे विच एक झंडे वांग गड़ लिया सजा लिया अते कहा अज तो बाद खालसे का झंडा कदे भी नहीं झुकेगा ये खालसे की दस्तार का हिस्सा बन के रहेगा। साहबजादा अजीत सिंह जी उन्होंने उम्र सिर्फ 5 साल की दसया जाता है कि उन्होंने भी दस्तार विच सजाया सी ते उस दिन तो बाद फरा दस्तार सजाउण की जिहड़ी है वह प्रथा चली। तो अजकल जिदा आप निहंग सिंह देखते होवोंगे कि वह भी फरा दस्तार सजाते हैं इतों ही वह प्रथा चली सी ते गुरद्वारा साहिब अज सुशोभित है जी आनंदपुर नगरी के दर्शन कर रहे हो। तो हुण आपां इत्थों पावांगे अपनी अगली मंजिल वल चले देखते रहो वीडियो चैनल सबसक्राइब करो सत